ਆ ਇਹਨਾਂ ਦਾ ਹੈਗਾ ਟ੍ਰੇਡਿੰਗ ਨੇਮ ਮੈਸੂਰ ਦੋਸਾ ਵੈਜੀਟੇਰੀਅਨ ਐਂਡ ਵੈਂਗਨ ਓਨਲੀ ਆਹ ਫੇਸਬੁੱਕ ਇਹਨਾਂ ਦਾ ਪੇਜ ਹੈਗਾ ਆ ਅਤੇ ਇਹ ਵੀ ਆਪ ਜੀ ਲਾਈਕ ਕਰ ਦਿਓ ਅਤੇ ਇੱਥੇ ਜਾ ਕੇ ਆਪ ਜੀ ਇਹਨਾਂ ਦੇ ਅਪਡੇਟਸ ਕੀ ਇਹਨਾਂ ਦੀ ਅਪਡੇਟਸ ਹੈਗੀ ਆ ਅਤੇ ਉਹ ਵੀ ਆਪ ਜੀ ਇੱਥੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਏ ਭਾਈ ਸਾਹਿਬ ਅੰਦਰ ਅਭੀ ਡੋਸਾ ਬਣਾਏਗੇ ਲੋਕ ਕਹਿੰਦੇ ਕਿ ਆਪਾਂ ਤੁਹਾਨੂੰ ਨਾ ਲਾਈਵ ਇੱਕ ਡੋਸਾ ਬਣਾ ਕੇ ਦਿਖਾਉਂਦੇ ਹਾਂ ਅਤੇ ਇਨਵਾਈਟ ਕੀਤਾ ਯਾਰ ਥੈਂਕ ਯੂ ਭਾਈ ਜੀ ਆਪਕਾ ਨਾਮ ਕਿਆ ਆਪਕਾ ਸਰ ਗਿਰੇਸ਼ ਆ ਭਾਜੀ ਹੁਣੀ ਅਤੇ ਦੇਖੋ ਡੋਸਾ ਬਣਾ ਰਹੇ ਜੀ ਲਾਈਵ ਫਰੈਸ਼ ਫੂਡ ਬਣਾ ਰਹੇ ਆ ਭਾਜੀ ਹੁਣੀ ਅਤੇ ਆਪਣੇ ਅਟਾਰਾ ਮਾਰਕੀਟ ਆ ਜਿਹੜੀ ਉਹਦੇ ਵਿੱਚ ਭਾਜੀ ਉਹਨਾਂ ਦਾ ਸਟੋਲ ਹੁੰਦਾ ਆ ਅਤੇ ਤੁਸੀਂ ਕੋਈ ਵੀ ਆ ਸਕਦੇ ਆ ਇੱਥੇ ਫੁੱਲੀ ਵੈਜੀਟੇਰੀਅਨ ਆਪ ਜੀ ਨੂੰ ਮਿਲੂਗਾ ਡੋਸਾ ਅਤੇ ਮੈਂ ਤੁਹਾਨੂੰ ਮੈਨਿਊ ਵਗੈਰਾ ਤੁਹਾਨੂੰ ਦਿਖਾ ਦਿੰਦਾ ਜਿੱਦਾਂ ਇੱਥੇ ਆ ਕੇ ਅਤੇ ਉਹਨਾਂ ਦਾ ਔਨਲਾਈਨ ਪੇਜ ਵੀ ਹੈਗਾ ਜਿੱਦਾਂ ਅਤੇ ਔਨਲਾਈਨ ਪੇਜ ਕੌਣ ਸਾ ਆਪਕਾ ਜੀ ਔਨਲਾਈਨ ਮੈਸੂਰ ਮਸਾਲਾ ਡੋਸਾ ਠੀਕ ਹੈ ਡੋਸਾ ਫੇਸਬੁੱਕ ਪੇ ਅੱਛਾ ਅੱਛਾ ਉਹ ਵੀ ਲਾਈਕ ਕਰ ਲਓ ਜਾ ਕੇ ਫੇਸਬੁੱਕ 'ਤੇ ਚੈਨਲ ਭਾਅ ਜੀ ਉਹਨਾਂ ਦਾ ਅਤੇ ਉਹਦੇ ਵਿੱਚ ਆਪ ਜੀ ਚੈੱਕ ਕਰ ਸਕਦੇ ਹੋ ਆਪ ਜੀ ਨੂੰ ਕੀ ਚਾਹੀਦਾ ਆ ਅਗਰ ਕਿਸੇ ਕੋਲ ਵੈਡਿੰਗ ਵਗੈਰਾ ਪੇ ਆਪਕੋ ਬੁੱਕ ਕਰਨਾ ਕਰ ਸਕਦੇ ਅੱਛਾ ਅੱਛਾ ਆਹ ਭਾਅ ਜੀ ਉਹਨਾਂ ਦਾ ਹੈਗਾ ਆ ਪੇਜ ਦਾ ਮਸੂਰ ਡੋਸਾ ਪੇਜ ਆ ਭਾਅ ਜੀ ਉਹਨਾਂ ਦਾ ਫੋਲੋਵਰ ਦੇਖੋ ਲਾਈਕ ਕਿੰਨੇ ਆ 393 ਫੋਲੋਵਰ ਹੈਗੇ ਭਾਅ ਜੀ ਉਹਨਾਂ ਕੋਲ ਅਤੇ ਤੁਸੀਂ ਆਓ ਭਾਅ ਜੀ ਉਹਨਾਂ ਨੂੰ ਅਤੇ ਇੱਥੇ ਇਹਨਾਂ ਦਾ ਫਲੇਵਰ ਚੈੱਕ ਕਰੋ ਤੋ ਇਹ ਕਿਸ ਚੀਜ਼ ਦਾ ਹੁੰਦਾ ਇਹ ਵਾਲਾ ਇਹ ਨੀਚੇ ਵਾਲਾ ਚਾਵਲ ਹੁੰਦਾ ਇਹ ਚਾਵਲ ਔਰ ਉੜਦ ਦਾਲ ਉੜਦ ਦਾਲ ਆ ਜਿਹੜੀ ਆਪਣੀ ਮਾਹਾਂ ਦੀ ਦਾਲ ਨਹੀਂ ਧੋਮੀ ਹੁੰਦੀ ਬਿਨਾਂ ਛਿਲਕੇ ਤੋਂ ਬਿਨਾਂ ਛਿਲਕੇ ਤੋਂ ਹੁੰਦੀ ਆ ਅਤੇ ਉਹਨੂੰ ਨਾ ਪਹਿਲਾਂ ਭੇਂਦੇ ਆ ਓਵਰਨਾਈਟ ਭੇਂ ਕੇ ਇਹਨੂੰ ਅਤੇ ਬਾਅਦ ਵਿੱਚ ਇਹਦੀ ਪੀਠੀ ਬਣਾਉਂਦੇ ਆ ਇਹਨੂੰ ਮੈਸ਼ ਕਰਦੇ ਆ ਨਾ ਅਤੇ ਉਹਦਾ ਬਣਾਉਂਦੇ ਆ ਫਰੈਸ਼ ਬਣਾਉਂਦੇ ਆ ਸਾਰਾ ਆਪਾਂ ਟੇਸਟ ਕੀਤਾ ਔਲਰੇਡੀ ਬਹੁਤ ਵਧੀਆ ਫਲੇਵਰ ਸੀਗਾ ਇਹਦਾ ਤੋ ਇਹ ਸਭ ਸੌਸ ਵਗੈਰਾ ਖੁਦ ਬਣਾਉਂਦੇ ਆ ਆਪਾਂ ਭਾਈ ਹੁਣੀ ਆਪ ਬਣਾਉਂਦੇ ਆਪਣੀ ਸੌਸ ਵਗੈਰਾ ਜੇ ਵੀ ਹੈਗੀ ਖੁਦ ਬਣਾਉਂਦੇ ਆ ਭਾਈ ਹੁਣ ਠੀਕ ਹੈ ਭਾਈ ਸਾਂਬਰ ਕਾ ਮਸਾਲਾ ਵੀ ਮੈਂ ਹੀ ਬਣਾਤਾ ਹੂੰ ਠੀਕ ਹੈ ਜੀ ਠੀਕ ਹੈ ਜੀ ਤੋ ਔਰ ਵੀ ਕਈ ਪੇ ਸਟਾਲ ਲਗਾਤੇ ਕਿ ਔਰ ਕੋਈ ਵਾਰ ਨਹੀਂ ਅਭੀ ਇਹ ਪ੍ਰੋਮੋਸ਼ਨ ਚੱਲ ਰਹਾ ਹੈ ਅੱਛਾ ਅੱਛਾ ਸੋ ਆਈ ਐਮ ਲੁਕਿੰਗ ਫॉर ਅ ਪਲੇਸ ਇਨ ਸੰਡਰਿੰਗਮ ਸੰਡਰਿੰਗ ਪਰਮਨੈਂਟ ਪਲੇਸ ਪਰਮਨੈਂਟ ਪਲੇਸ ਐਟ ਦਾ ਮੂਮੈਂਟ ਜਸਟ ਓਨਲੀ ਗੋਇੰਗ ਦਾ ਮਾਰਕੀਟਸ ਓਕੇ ਸੋ ਸਮਵੇਅਰ ਐਲਸ ਲਾਈਕ ਮਨੁਰੀਵਾ ਸਮਵੇਅਰ ਐਲਸ ਮਨੁਰੀਵਾ ਸੰਡੇ ਟ੍ਰਾਈ ਟ੍ਰਾਈ ਇਟ ਇਸ ਫਸਟ ਟਾਈਮ ਬਟ ਥਿਸ ਵਨ ਇਜ਼ ਰੈਗੂਲਰ ਥਿਸ ਇਜ਼ ਰੈਗੂਲਰ ਅੰਟਿਲ ਆਈ ਫਾਈਂਡ ਅ ਨਿਊ ਪਲੇਸ ਨਿਊ ਪਲੇਸ ਪਰਮਨੈਂਟ ਯਾ ਸਹੀ ਹੈ ਹਾਂਜੀ ਇਹਨਾਂ ਦਾ ਪੱਕਾ ਨਹੀਂ ਸਟਾਲ ਹੈਗਾ ਜਿੱਦਾਂ ਨਾ ਭਾਜੀ ਉਹਨਾਂ ਦਾ ਅਤੇ ਬਟ ਇਹ ਹੈ ਕਿ ਆ ਮੂਵ ਕਰਦੇ ਆ ਜਿੱਦਾਂ ਸਟਾਲ ਅਤੇ ਮਾਰਕੀਟ ਦੇ ਹਿਸਾਬ ਨਾਲ ਅਤੇ ਔਨਲਾਈਨ ਜਾ ਕੇ ਆਪ ਜੀ ਚੈੱਕ ਕਰ ਸਕਦੇ ਹੋ ਜਿਹੜੀ ਇਹ ਫਲੀ ਮਾਰਕੀਟ ਆ ਫੇਸਬੁੱਕ ਮੈਂ ਅਪਡੇਟ ਕਰਤਾ ਹੂੰ ਅੱਛਾ ਠੀਕ ਹੈ ਜੀ ਫੇਸਬੁੱਕ 'ਤੇ ਅਪਡੇਟ ਹੁੰਦੀ ਆ ਇਹਨਾਂ ਦੀ ਹਮੇਸ਼ਾ ਅਤੇ ਉੱਥੇ ਆਪ ਜੀ ਚੈੱਕ ਕਰ ਸਕਦੇ ਬਟ ਇਹ ਆ ਕਿ ਜੇ ਤੁਹਾਡੇ ਕੋਲ ਕੋਈ ਕਿੱਟੀ ਪਾਰਟੀ ਵਗੈਰਾ ਹੈਗੀ ਆ 20-25 ਬੰਦਿਆਂ ਦੀ ਵੀ ਹੈਗੀ ਆ 50 ਬੰਦਿਆਂ ਦੀ ਕੈਟਰਿੰਗ ਵੀ ਕਰਦੇ ਜਾਂਦੇ ਆ ਕੇ ਜਿੱਦਾਂ ਆਪਣਾ ਲੈ ਕੇ ਆਊਗੇ ਪੂਰਾ ਉਹ ਆਪਣੀ ਸਟਾਲ ਲੈ ਕੇ ਆਊਗੇ ਤੁਹਾਡੇ ਪਲੇਸ 'ਤੇ ਅਤੇ ਤੁਹਾਨੂੰ ਗਰਮ ਗਰਮ ਅਤੇ ਖਿਲਾ ਕੇ ਜਾਓਗੇ ਠੀਕ ਹੈ ਜੀ ਲਓ ਜੀ ਡੋਸਾ ਹੋ ਗਿਆ ਤਿਆਰ ਭਾਅ ਜੀ ਉਹਨਾਂ ਦਾ ਕਿਆ ਨਾਮ ਹੈ ਇਸਕਾ ਸਰ ਮੈਸੂਰ ਮਸਾਲਾ ਮਸੂਰ ਮੈਸੂਰ ਮਸਾਲਾ ਡੋਸਾ ਹੈ ਅਤੇ ਇਹ ਤਾਂ ਟੇਕਵੇ ਵੀ ਕਰ ਸਕਦੇ ਹੋ ਤੁਸੀਂ ਇੱਦਾਂ ਨਹੀਂ ਹੈਗਾ ਕਿ ਤੁਸੀਂ ਇੱਥੇ ਖਾਣਾ ਹੈ ਟੇਕਵੇ ਵੀ ਕਰ ਸਕਦੇ ਲਾਈਵ ਆ ਦੇਖੋ ਸਮਰ ਬਣਾਉਂਦੇ ਪਏ ਆ ਜਿਹੜੀ ਗ੍ਰੇਵੀ ਮਸਾਲਾ ਹੁੰਦਾ ਆ ਪੂਰਾ ਨਾਲ ਨਾਲ ਬਣਾਉਂਦੇ ਪਏ ਆ ਪੂਰਾ ਫਰੈਸ਼ ਅਤੇ ਨਾਲ ਇਡਲੀ ਵੀ ਬਣਾਉਂਦੇ ਆ ਨਾ ਇਡਲੀ ਅੱਛਾ ਅੱਛਾ ਇਹ ਇਡਲੀ ਹੈ ਸੋਰੀ ਇਡਲੀ ਵੀ ਹੈ ਦੇਖੋ ਸਾਰਾ ਕੁਝ ਫਰੈਸ਼ ਹੈ ਯਾਰ ਭਾਅ ਜੀ ਉਹਨਾਂ ਦਾ ਸਮਾਨ ਪਾਓ ਯਾਰ ਇਹ ਸਾਥ ਦਿਓ ਆ ਕੇ ਭਾਅ ਜੀ ਉਹਨਾਂ ਦਾ ਅਤੇ ਇਹ ਕੀ ਹੈ ਸਰ ਜੀ ਦਹੀਂ ਬੜਾ ਹੈ ਜਸਟ ਵੜਾ ਹੈ ਇਸਕੋ ਫਰਾਈ ਕਰਕੇ ਹਮ ਇਸਕੋ ਫਰਾਈ ਕਰਕੇ ਅੱਛਾ ਇਹ ਬੋਲਤੇ ਮੇਦੂ ਵੜਾ ਠੀਕ ਹੈ ਸਾਥ ਮਿਲਦਾ ਹੈ ਨਾ ਵੜਾ ਉਹ ਅੱਛਾ ਮੇਦੂ ਵੜਾ ਬੋਲਤੇ ਠੀਕ ਹੈ ਹੈਗਾ ਵਾਲਾ ਇਹ ਉੜਦ ਕਈ ਦਾਲ ਹੈ ਨਾ ਹਾਂ ਉੜਦ ਦਾ ਹੀ ਆਪਾਂ ਜਿਹੜਾ ਦਹੀਂ ਦਹੀਂ ਨਹੀਂ ਮਿਕਸ ਕਰਦੇ ਸਿੰਪਲ ਦਿੰਦੇ ਜਿਹਦਾ ਪਕੌੜੇ ਟਾਈਪ ਖਾਂਦੇ ਆ ਸਭ ਕੁਝ ਗਲੂਟਨ ਫ੍ਰੀ ਹੈ ਠੀਕ ਹੈ ਜੀ ਸਹੀ ਹੈ ਥੈਂਕ ਯੂ ਭਾਈ ਜੀ ਆਪਕਾ ਥੈਂਕ ਯੂ ਅਤੇ ਆਪਕਾ ਪੇਜ ਮੈਂ ਭਾਈ ਉਹਨਾਂ ਦਾ ਦੱਸਤਾ ਅਤੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤਾਂ ਲਾਈਕ ਜ਼ਰੂਰ ਕਰ ਲਿਓ ਅਤੇ ਪੇਜ ਦਾ ਨਾਮ ਹੈਗਾ ਮੇਰੇ ਦਾ ਜਿਹੜਾ ਨਵਾਂ ਮੇਰਾ ਯੂਟਿਊਬ ਚੈਨਲ ਹੈਗਾ ਉਹਦਾ ਨਾਮ ਹੈਗਾ ਦੀਪਾ ਹਲਵਾਈ ਅਤੇ ਬਟ ਜਿਹੜਾ ਮੇਰਾ ਦੂਜਾ ਆਪਣਾ ਹੋਰ ਪੇਜ ਦਾ ਹੈਗਾ ਉਹ ਹੈਗਾ ਦੀਪਾ ਬਜੀਦਵਾਲਾ ਅਤੇ ਵੀਡੀਓ ਨੂੰ ਮੈਕਸੀਮਮ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਜੀ ਠੀਕ ਹੈ ਜੀ ਜੇ ਕੋਈ ਇਨਕੁਆਇਰੀ ਹੋਊਗੀ ਤਾਂ ਉਹ ਨੰਬਰ ਹੈਗਾ ਮੈਂ ਡਿਸਕ੍ਰਿਪਸ਼ਨ 'ਚ ਕਰ ਦੂੰਗਾ ਅਤੇ ਭਾਅ ਜੀ ਉਹਨਾਂ ਨੂੰ ਮੈਸੇਜ ਕਰ ਦਿਓ ਡਾਇਰੈਕਟ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ ਰੱਬ ਰੱਖਾ ਜੀ